ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਚੋਟੀ ਦੇ ਅਕਾਲੀ ਆਗੂ ਹਾਜ਼ਰ ਰਹੇ। ਸੱਤਾ ਤੋਂ ਲੰਬ ਹੋਏ ਅਕਾਲੀਆਂ ਵੱਲੋਂ ਪੰਜਾਬ ਦੀ ਮੌਜੂਦਾ ਸਰਕਾਰ ਤੇ ਇਲਜ਼ਾਮਾਂ ਦੀ ਬੌਛਾੜ ਕੀਤੀ ਗਈ। ਸੁੱਚਾ ਲੰਗਾਹ ਮੁਤਾਬਕ ਜਦੋਂ ਤੋਂ ਕਾਂਗਰਸ ਸੱਤਾ ਵਿੱਚ ਆਈ ਹੈ ਤਦੋਂ ਤੋਂ ਸਿਆਸੀ ਬਦਲਾਖੋਰੀ ਸਿਖਰਾਂ ਤੇ ਹੈ। ਉਹਨੇ ਇਹ ਵੀ ਕਿਹਾ ਕਿ ਜੇਕਰ ਅਜਿਹੀ ਧੱਕੇਸ਼ਾਹੀ ਜਾਰੀ ਰਹੀ ਤਾਂ ਅਕਾਲੀ ਦਲ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਬਹੁਤ ਜ਼ਿਆਦਾ ਧੱਕੇ ਜਿਹੜੇ ਨੇ ਉਹ ਸਾਰੇ ਜ਼ਿਲ੍ਹੇ ਵਿੱਚ ਹੋ ਰਹੇ ਨੇ ਔਰ ਖਾਸ ਕਰਕੇ ਡੇਰਾ ਬਾਬਾ ਨਾਨਕ ਵਿੱਚ ਤਾਂ ਧੱਜੀਆਂ ਹੀ ਡਾਤੀਆਂ ਨੇ। ਜਿਹੜਾ ਬਿਆਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤਾ ਉਹ ਲੋਕਾਂ ਦੇ ਜ਼ਖਮਾਂ 'ਤੇ ਮਲਮ ਲਾਉਣ ਵਾਲਾ ਹੈ, ਪਰ ਕੋਈ MLA ਵੀ ਉਹਦੀ ਗੱਲ ਮੰਨਣ ਨੂੰ ਤਿਆਰ ਨਹੀਂ। ਔਰ ਜਿੱਥੇ ਕਿਤੇ ਧੱਕਾ ਹੋਇਆ ਉੱਥੇ ਅਸੀਂ ਧਰਨਾ ਵੀ ਲਾਵਾਂਗੇ, ਮੁਜ਼ਾਹਰਾ ਵੀ ਕਰਾਂਗੇ, ਕਾਨਫਰੰਸ ਵੀ ਕਰਾਂਗੇ।